ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ, ਜੋ ਸ਼ਹੀਦਾਂ ਦੀ ਧਰਤੀ ਹੈ, ਜਿਸ ਪਾਵਨ ਪਵਿੱਤਰ ਧਰਤੀ ਦੇ ਨੌਜਵਾਨ ਨੇ, ਜਿਹੜੇ ਨੌਜਵਾਨ ਦੂਜੇ ਸਕੂਲਾਂ ਕਾਲਜਾਂ 'ਚ ਪੜ੍ਹਨ ਵਾਸਤੇ ਜਾਂਦੇ ਨੇ, ਆਪਣੀਆਂ ਸਹੇਲੀਆਂ ਨੂੰ ਨਾਲ ਲੈ ਕਰਕੇ ਉੱਥੇ ਬੈਠ ਕੇ ਮਸ਼ਕਰੀਆਂ ਕਰਦੇ ਨੇ, ਉਹ ਚੀਜ਼ਾਂ ਵੇਖ ਕੇ ਨਾ ਬਰਦਾਸ਼ਤ ਹੋਈਆਂ ਅਤੇ ਈਸ਼ਵਰ ਸਿੰਘ ਨੇ ਉਹਨਾਂ ਨੂੰ ਚਾਟਾ ਛਕਾਇਆ। ਕਈਆਂ ਦੇ, ਬੜਿਆਂ ਦੇ, ਲੋਕਾਂ ਦੇ, ਜਿਨ੍ਹਾਂ ਨੇ ਕਮੈਂਟ ਪਾਏ ਨੇ ਕਿ ਇਹਨਾਂ ਨੇ ਮਾੜਾ ਕੀਤਾ ਹੈ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ, ਇਹ ਜਿਹੜੀਆਂ ਅਸੀਂ ਆਪਣੀਆਂ ਧੀਆਂ ਨੂੰ ਕਾਲਜਾਂ ਵਿੱਚ ਪੜ੍ਹਨ ਵਾਸਤੇ ਭੇਜਦੇ ਹਾਂ, ਇਹ ਜੇਕਰ ਆਪਾਂ ਸਾਰੇ ਸਾਵਧਾਨ ਹੋ ਜਾਵਾਂਗੇ, ਮਗਰ ਖਿਆਲ ਰੱਖਾਂਗੇ, ਇਹ ਜਿਹੜੀਆਂ ਲੜਕੀਆਂ ਘਰੋਂ ਕਾਲਜ ਵਿੱਚ ਪੜ੍ਹਨ ਵਾਸਤੇ ਭੇਜੀਆਂ ਹਨ, ਇਹ ਕਿਸੇ ਵੀ ਗੁਰੂ ਘਰ ਦੀ ਪਾਰਕਿੰਗ ਵਿੱਚ ਵੀ ਬੈਠ ਕੇ ਗੱਲਾਂ ਬਾਤਾਂ ਨਹੀਂ ਮਾਰ ਸਕਦੇ, ਕਿਉਂਕਿ ਅੱਜ ਜੇਕਰ ਅਸੀਂ ਇਹਨਾਂ ਲੜਕੀਆਂ ਵੱਲ ਧਿਆਨ ਨਾ ਦਿੱਤਾ, ਆਉਣ ਵਾਲਾ ਸਮਾਂ ਹੋਰ ਖਤਰਨਾਕ ਬਣ ਸਕਦਾ ਹੈ, ਕਿਉਂਕਿ ਜਦੋਂ ਲੜਕਾ ਅਤੇ ਲੜਕੀ ਬੈਠ ਕੇ ਆਸ ਵਿੱਚ ਗਿੱਟਮਿਟ ਕਰਦੇ ਨੇ, ਗੱਲਾਂ ਮਾਰਦੇ ਨੇ, ਉਸ ਤੋਂ ਬਾਅਦ ਫਿਰ ਵਿਆਹ ਦੀ ਗੱਲ ਚੱਲ ਪੈਂਦੀ ਹੈ, ਵੀ ਉਹ ਮਾਂ ਖੁਦ ਖੁਸ਼ੀ ਕਰਨ ਵੱਲ ਚੱਲ ਜਾਂਦਾ ਹੈ ਕਿ ਸਾਡੀ ਆਗਿਆ ਤੋਂ ਬਗੈਰ ਹਾਈ ਕੋਰਟ ਵਿੱਚ ਇਹਨਾਂ ਨੇ ਆਪਣੀ ਕੋਰਟ ਮੈਰਿਜ ਕਰਾ ਲਈ ਹੈ। ਉਦੋਂ ਜਿਸ ਮਾਂ ਨਾਲ, ਜਿਸ ਪਿਓ ਦੇ ਨਾਲ ਇਹ ਗੱਲ ਬੀਤਦੀ ਹੈ, ਰਿਸ਼ਤੇਦਾਰਾਂ ਨਾਲ ਪਤਾ ਉਹਨਾਂ ਨੂੰ ਹੁੰਦਾ ਹੈ। ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਵਾਂ, ਇਹ ਗੁਰੂ ਨਾਨਕ ਦਾ ਘਰ ਹੈ, ਇਹ ਸ਼ਹੀਦਾਂ ਦੀ ਪਾਵਨ ਪਵਿੱਤਰ ਧਰਤੀ ਹੈ, ਇਹੋ ਜਿਹੇ ਲੋਕ ਜਾ ਕਰਕੇ ਉੱਥੇ ਜਿਹੜੀਆਂ ਇਹੋ ਜਿਹੀਆਂ ਹਰਕਤਾਂ ਕਰਦੇ ਨੇ, ਸਾੜੀਆਂ ਹਰਕਤਾਂ ਕਰਦੇ ਨੇ, ਉਹ ਬਾਜ ਆ ਜਾਣ, ਕਿਉਂਕਿ ਇਕੱਲਾ ਉਹ ਸਥਾਨ ਨਹੀਂ, ਲੋਕ ਹੋਰ ਵੀ ਬਹੁਤ, ਭਾਵੇਂ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ ਦੇ ਅਸਥਾਨ ਆਧਾਰ ਤੇ ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ ਸੀ ਕਿ ਜਿਹੜੀ ਸ਼੍ਰੋਮਣੀ ਕਮੇਟੀ ਹੈ, ਜਿਹਨਾਂ ਕੋਲ ਸਾਰਾ ਪ੍ਰਬੰਧ ਹੈ ਕਿ ਕਿਹੜਾ ਬਕਰਮਾ ਵਿੱਚ ਕੁੜੀ ਮੁੰਡਾ ਬੈਠਾ ਹੈ, ਕੀ ਕਰ ਰਿਹਾ ਹੈ, ਉਹ ਧਿਆਨ ਦਿੱਤਾ ਦੇਣਾ ਚਾਹੀਦਾ ਸੀ, ਉਹਨਾਂ ਨੇ ਨਾ ਧਿਆਨ ਦਿੱਤਾ, ਅਤੇ ਈਸ਼ਵਰ ਸਿੰਘ ਨੇ ਆਪ ਖੁਦ ਇਹ ਫੈਸਲਾ ਤਾਂ ਲਿਆ ਹੈ ਕਿ ਇਹ ਸ਼ਹੀਦਾਂ ਦੀ ਪਾਵਨ ਪਵਿੱਤਰ ਧਰਤੀ ਦੇ ਇੱਥੇ ਅਸੀਂ ਇਹ ਜਿਹੜੇ ਲੋਕ ਮੁੰਡੇ ਬੱਚੇ ਆਣ ਕੇ ਦੋ ਦੋ ਘੰਟੇ ਬਹਿ ਕੇ ਗੱਲਾਂ ਮਾਰਦੇ ਨੇ, ਉਹਨਾਂ ਨੂੰ ਇਹ ਕੰਮ ਨਹੀਂ ਕਰਨ ਦਿੱਤਾ ਜਾਵੇਗਾ। ਇਹ ਇਕੱਲਾ ਗੁਰੂ ਘਰ ਨਹੀਂ, ਗੁਰੂ ਘਰ ਦੀਆਂ ਜਿੰਨੀਆਂ ਵੀ ਭਾਵੇਂ ਪਾਰਕਾਂ ਨੇ, ਭਾਵੇਂ ਬਾਹਰ ਹੋਰ ਖੁੱਲ੍ਹੀਆਂ ਗੁਰੂ ਨਾਨਕ ਦੇ ਘਰ ਦੀਆਂ ਜਗ੍ਹਾ ਹਨ, ਉੱਥੇ ਬਹਿ ਕੇ ਵੀ ਨਹੀਂ ਇਹ ਕੰਮ ਕਰ ਦਿੱਤਾ ਜਾਵੇਗਾ। ਅਤੇ ਜਿਹੜੇ ਲੜਕੀਆਂ ਦੇ ਮਾਤਾ ਪਿਤਾ ਜੇ, ਉਹਨਾਂ ਨੂੰ ਬੇਨਤੀ ਹੈ, ਖਿਆਲ ਰੱਖੋ, ਐਸੇ ਮਸਲੇ ਆ ਰਹੇ ਨੇ, ਘਰੋਂ ਲੜਕੀ ਕਹਿ ਕੇ ਆਉਂਦੀ ਹੈ ਕਿ ਮੈਂ ਆਪਣੀ ਸਹੇਲੀ ਨਾਲ ਚੱਲੀ ਹਾਂ, ਆਣ ਕੇ ਉਹ ਕਦੀ ਜਲ੍ਹਿਆਂਵਾਲੇ ਬਾਗ ਦੇ ਲਾਗੇ ਹੋਟਲਾਂ 'ਚ ਰਹਿੰਦੇ ਨੇ, ਉਹ ਬਿਲਕੁਲ ਆਪਣੇ ਬੱਚਿਆਂ ਦਾ ਧਿਆਨ ਰੱਖਣ, ਮੇਰੀ ਹੱਥ ਜੋੜ ਕੇ ਬੇਨਤੀ ਹੈ। ਇੱਜ਼ਤ ਬਣਾਉਣੀ ਬੜੀ ਔਖੀ ਹੈ, ਇੱਜ਼ਤ ਚੰਦ ਮਿੰਟਾਂ 'ਚ ਗਵਾ ਲਈਦੀ ਹੈ, ਆਓ ਸਾਰੇ ਆਪਾਂ ਹੰਬੜਾ ਮਾਰੀਏ, ਅਤੇ ਉਹਦੀ ਧਰਤੀ ਨੂੰ ਬਿਲਕੁਲ, ਕਿ ਜਿਹੜਾ ਪੁਲਿਸ ਨੇ ਪਰਚਾ ਕੀਤਾ, ਪੁਲਿਸ ਨੇ ਪਰਚਾ ਨਹੀਂ ਕੀਤਾ, ਜਿਹੜੇ ਸ਼੍ਰੋਮਣੀ ਕਮੇਟੀ ਦੇ ਉੱਥੇ ਪ੍ਰਬੰਧਕ ਨੇ, ਉਹਨਾਂ ਨੂੰ ਇਹ ਹੋ ਗਿਆ ਕਿ ਸਾਡੀ ਗੋਲਕ ਘੱਟ ਜਾਣੀ ਹੈ, ਉਹ ਕੇਵਲ ਗੋਲਕ ਤੱਕ ਸੀਮਤ ਨੇ, ਪਰਚਾ ਕਿਰਤੇ ਕਰਾ ਰਹੇ ਹਾਂ, ਜਿਨ੍ਹਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਬਚਨਾਂ ਦੇ ਪਹਿਰਾ ਦਿੱਤਾ ਹੈ, ਉਹਦੇ ਉੱਤੇ ਪਰਚਾ ਕਰਵਾ ਰਹੇ ਨੇ, ਸ਼ਰਮ ਨਾ ਆਈ।
ਝੂਠਾ ਛੇੜਛਾੜ ਦਾ ਫਿਰ ਪਰਚਾ, ਜਿਹੜੇ ਉੱਥੇ ਗੁਰੂ ਘਰ ਦੀ ਉਲੰਘਣਾ ਗੁਰਮਤ ਦੀ ਉਲੰਘਣਾ ਕਰ ਰਹੇ ਨੇ, ਜੇ ਕਿਉਂਕਿ ਗੁਰੂ ਘਰ ਬਹਿ ਕੇ ਇੱਥੇ ਕੋਈ ਵੀ ਬਹਿਣਾ ਹਰ ਇੱਕ ਦਾ ਫਰਜ਼ ਹੈ, ਸਾਰੀ ਸੰਗਤ ਨੂੰ ਜੀ ਆਇਆ ਹੈ, ਉੱਥੇ ਬੈਠ ਸਕਦੇ ਨੇ, ਗੁਰਬਾਣੀ ਪੜ੍ਹ ਸਕਦੇ ਨੇ, ਘੜੀ ਅੱਧਾ ਘੰਟਾ ਪੌਣਾ ਘੰਟਾ ਸਿਮਰਨ ਕਰ ਸਕਦੇ ਨੇ, ਕੋਈ ਮਨਾਹੀ ਨਹੀਂ ਹੈ। ਅਤੇ ਜਿਹੜੇ ਐਸੇ ਬੱਚੇ ਘਰੋਂ ਕਾਲਜ ਵਿੱਚ ਪੜ੍ਹਨ ਵਾਸਤੇ ਜਾਂਦੇ ਨੇ, ਉਹ ਮੈਂ ਇਕੱਲਾ ਨਹੀਂ ਕਹਿਣਾ ਚਾਹੁੰਦਾ, ਮਾਪੇ ਉਹ ਜਿਹੜੇ ਮੀਡੀਏ ਵਾਲੇ ਅੱਜ ਸਾਡੇ ਨਾਲ ਸਿੰਘਾਂ ਨਾਲ ਸਵਾਲ ਜਵਾਬ ਕਰਦੇ ਨੇ, ਉਹ ਖੁਦ ਕਾਲਜਾਂ ਦੇ ਲਾਗੇ ਜਿੰਨੇ ਵੀ ਗੁਰੂ ਘਰ ਨੇ ਉਹਨਾਂ ਦੇ ਜਾ ਕੇ ਆਪ ਖੁਦ ਵੇਖ ਸਕਦੇ ਨੇ, ਘਰੋਂ ਕਾਲਜ 'ਚ ਪੜ੍ਹਨ ਵਾਸਤੇ ਭੇਜਿਆ, ਅੰਦਰੋਂ ਛੁੱਟੀ ਹੁੰਦਿਆਂ ਸਾਰੀ ਲੜਕਾ ਲੜਕੀ ਗੁਰੂ ਘਰ ਜਾ ਕੇ ਬੈਠ ਕੇ ਗੱਲਾਂ ਬਾਤਾਂ ਮਾਰਦੇ ਨੇ, ਇਹ ਅਸੀਂ ਕਦੀ ਇਹ ਕੰਮ ਨਹੀਂ ਹੋਣ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।